ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ, ਜਸਮੀਤ ਪਾਟੀਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਤੋਂ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਸਮੀਤ ਜੀ, ਅੱਜ ਬਹੁਤ ਅਹਿਮ ਡਿਸਕਸ਼ਨ ਸਾਡੀ ਹੋਣ ਵਾਲੀ ਹੈ। ਜਿਹੜੇ ਪੁਆਇੰਟਸ ਨੇ, ਅਸੀਂ ਕੈਨੇਡਾ ਦੀ ਵੀ ਗੱਲ ਕਰਨੀ ਹੈ, USA ਦੀ ਗੱਲ ਕਰਨੀ ਹੈ, ਨਿਊਜ਼ੀਲੈਂਡ ਔਰ ਜਰਮਨੀ ਦੀ ਵੀ ਗੱਲ ਕਰਨੀ ਹੈ। ਪਰ ਮੈਂ ਕੈਨੇਡਾ ਤੋਂ ਅਗਰ ਸ਼ੁਰੂ ਕਰਾਂ, ਕੈਨੇਡਾ ਦੇ ਵਿੱਚ ਇਸ ਵਕਤ ਪ੍ਰੋਵਿੰਸ ਲੈਟਰ ਤਿਆਰ ਕਰਨ ਲਈ ਪੂਰਾ ਜ਼ੋਰ ਲਾ ਰਹੇ ਨੇ ਸਾਰੇ ਪ੍ਰੋਵਿੰਸ, ਔਰ ਲਗਭਗ ਸਾਰੇ ਪ੍ਰੋਵਿੰਸ ਵੱਲੋਂ ਹੀ ਕੰਮ ਕਾਫੀ ਅੱਗੇ ਵਧਿਆ। ਸੋ 31 ਮਾਰਚ ਤੱਕ ਕੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹਰ ਪ੍ਰੋਵਿੰਸ ਦੇਣਾ ਸ਼ੁਰੂ ਕਰੇਗਾ? ਇਹਦੀ ਕੋਈ ਅਨਾਊਂਸਮੈਂਟ ਹੋਏਗੀ ਜਾਂ ਇੱਕ ਇੱਕ ਕਰਕੇ ਸਾਰੇ ਪ੍ਰੋਵਿੰਸ ਨੇ ਇਹ ਕੰਮ ਸ਼ੁਰੂ ਕਰ ਦੇਣਾ? ਦੇਖੋ, ਮੋਸਟ ਪ੍ਰੋਬੇਬਲੀ 31 ਮਾਰਚ ਤੱਕ ਸਾਰੇ ਹੀ ਪ੍ਰੋਵਿੰਸਿਸ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇਣਾ ਸ਼ੁਰੂ ਕਰ ਦੇਣਗੇ। ਬਟ ਓਨਟਾਰੀਓ ਗਵਰਨਮੈਂਟ ਨੇ ਕਹਿਤਾ ਕਿ ਮਈ ਇਨਟੇਕ ਵਾਲੇ ਬੱਚਿਆਂ ਨੂੰ ਡੈਫਰ ਕਰਨਾ ਪਏਗਾ ਸਪਟੈਂਬਰ 'ਚ, ਕਿਉਂਕਿ ਓਨਟਾਰੀਓ ਗਵਰਨਮੈਂਟ ਦੀਆਂ ਸਭ ਤੋਂ ਜ਼ਿਆਦਾ ਡਿਲੇ ਹੈਗੀਆਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ। ਸੋ ਸਟੂਡੈਂਟ ਜਿਹੜੇ ਓਨਟਾਰੀਓ ਗਵਰਨਮੈਂਟ 'ਚ ਜਾ ਰਹੇ ਹੈ, ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ, ਦੇ ਮਾਈਟ ਗੈਟ ਡੈਫਰ ਟੂ ਸਪਟੈਂਬਰ ਇਨਟੇਕ ਆਟੋਮੈਟਿਕਲੀ ਓਨਲੀ। ਬਿਲਕੁਲ ਠੀਕ ਹੈ ਸਰ। ਟੋਟਲ ਕਿੰਨੇ ਪ੍ਰੋਵਿੰਸ ਨੇ ਜਿਨ੍ਹਾਂ ਦੀਆਂ ਹਜੇ ਅਟੈਸਟੇਸ਼ਨ ਲੈਟਰਸ ਦਾ ਇਸ਼ੂ ਅਬਾਊਟ ਟੂ ਸੋਲਵ ਹੈ, ਜਿਹੜਾ ਬਿਲਕੁਲ ਹੱਲ ਹੋਣ ਵਾਲਾ ਹੈ? ਦੇਖੋ, ਓਨਟਾਰੀਓ ਹੀ ਮੇਜਰ ਪ੍ਰੋਵਿੰਸ ਹੈ, ਮੈਨੂੰ ਲੱਗਦਾ ਬਾਕੀ ਸਾਰੇ ਪ੍ਰੋਵਿੰਸਿਸ 'ਚ ਏਡੇ ਵੱਡੇ ਨੰਬਰਸ ਨਹੀਂ ਹੈਗੇ। ਸਭ ਤੋਂ ਵੱਡਾ ਪ੍ਰੋਵਿੰਸ ਵੀ ਓਨਟਾਰੀਓ ਹੈ, ਸਭ ਤੋਂ ਜ਼ਿਆਦਾ ਕਾਲਜਿਸ ਵੀ ਓਨਟਾਰੀਓ 'ਚ ਹੀ ਹੈ। ਸੋ 1.5 ਲੱਖ ਦੇ ਕਰੀਬ ਐਪਲੀਕੇਸ਼ਨ ਓਨਟਾਰੀਓ ਪ੍ਰੋਵਿੰਸ 'ਚ ਲੱਗਣਗੀਆਂ। ਸੋ ਸਭ ਤੋਂ ਜ਼ਿਆਦਾ ਐਪਲੀਕੇਸ਼ਨ ਓਨਟਾਰੀਓ ਪ੍ਰੋਵਿੰਸ 'ਚ ਹੀ ਲੱਗਣੀਆਂ। ਸੋ ਓਨਟਾਰੀਓ ਕਾਫੀ ਵੱਡਾ ਪ੍ਰੋਵਿੰਸ ਹੈ, ਸੋ ਇਸ ਕਰਕੇ ਥੋੜਾ ਜਿਹਾ ਸਮਾਂ ਲੱਗ ਰਿਹਾ। ਸੋ ਇਸ ਤੋਂ ਜ਼ਿਆਦਾ ਜਿਹੜੇ ਵੀ ਪ੍ਰੋਵਿੰਸਿਸ ਹੈਗੇ ਆ, ਜਿਹਦੇ 'ਚ ਥੋੜੇ ਥੋੜੇ, ਜਿਵੇਂ ਕਿਸੇ ਨੂੰ 700 ਦੀ ਐਲੋਕੇਸ਼ਨ ਹੋਈ ਹੈ, ਕਿਸੇ ਨੂੰ 7000 ਦੀ ਐਲੋਕੇਸ਼ਨ ਹੋਈ ਹੈ, ਕਿਸੇ ਨੂੰ 12000 ਦੀ ਐਲੋਕੇਸ਼ਨ ਹੋਈ ਹੈ। ਸੋ ਛੋਟੇ ਛੋਟੇ ਪ੍ਰੋਵਿੰਸਿਸ ਹੈਗੇ ਆ ਜਿਨ੍ਹਾਂ ਨੂੰ ਇਹ ਐਲੋਕੇਸ਼ਨ ਹੋਈਆਂ। ਬਟ ਆਲਮੋਸਟ ਸਾਰਿਆਂ ਨੇ ਹੀ ਹੁਣ ਪੁੱਛਣਾ ਸ਼ੁਰੂ ਕਰਤਾ ਕਿ ਤੁਸੀਂ ਆਪਣੇ ਸਟੂਡੈਂਟਸ ਦੇ ਐਪਲੀਕੇਸ਼ਨਸ ਭੇਜ ਦਿਓ ਤਾਂ ਕਿ ਉਹਨਾਂ ਸਾਰਿਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਦਿੱਤੀਆਂ ਜਾਣ। ਬਿਲਕੁਲ ਠੀਕ ਹੈ। ਸੋ ਜਿਨ੍ਹਾਂ ਪ੍ਰੋਵਿੰਸ ਦੇ ਵਿੱਚ ਅਟੈਸਟੇਸ਼ਨ ਲੈਟਰਸ ਇਸ਼ੂ ਹੋ ਰਹੇ ਨੇ, ਉੱਥੇ ਆਫਰ ਲੈਟਰ ਦਾ ਇਸ਼ੂ ਆ ਰਿਹਾ। ਮੈਂ ਸੁਣਿਆ ਕਿ ਆਫਰ ਲੈਟਰ ਔਖੀ ਮਿਲ ਰਹੀ ਹੈ, ਤੁਹਾਡੀ ਸਿਚੁਏਸ਼ਨ ਕੀ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੀ? ਸੀਟਸ ਤਾਂ ਦੇਖੋ ਸਰ, ਲਿਮਿਟਿਡ ਹੀ ਹੈਗੀਆਂ, ਕਿਉਂਕਿ ਇੰਨੀ ਜ਼ਿਆਦਾ ਜਦੋਂ ਰਿਡਕਸ਼ਨ ਹੋਈ ਹੈ ਨੰਬਰ ਆਫ ਸੀਟਸ 'ਚ, ਤਾਂ ਕੈਨੇਡਾ 'ਚ ਹੁਣ ਸੀਟਸ ਘਟਣ ਗਿਆ ਹੀ। ਸੋ ਕੁਛ ਨਾਲੇ ਕੋਰਸਿਸ ਹੈ, ਜਿਵੇਂ BSc ਨਰਸਿੰਗ ਹੋ ਗਿਆ, ਪ੍ਰੈਕਟੀਕਲ ਨਰਸਿੰਗ ਹੋ ਗਿਆ, ਅਰਲੀ ਚਾਈਲਡਹੁੱਡ ਐਜੂਕੇਸ਼ਨ ਹੋ ਗਿਆ, ਕੈਮੀਕਲ ਲੈਬ ਟੈਕਨੀਸ਼ੀਅਨ ਹੋ ਗਿਆ, ਫਾਰਮੈਸੀ ਟੈਕਨੀਸ਼ੀਅਨ ਹੋ ਗਿਆ, ਫਿਟਨੈਸ ਐਂਡ ਹੈਲਥ ਪ੍ਰਮੋਸ਼ਨ ਹੋ ਗਿਆ, ਆਕੂਪੇਸ਼ਨਲ ਥੈਰੇਪਿਸਟ ਦਾ ਕੋਰਸ ਹੋ ਗਿਆ, ਜਿਵੇਂ ਮੈਡੀਕਲ ਰਿਲੇਟਡ ਜਿਹੜੇ ਕੇਸਿਸ ਹੈਗੇ ਆ। ਸੋ ਇਸ ਤੋਂ ਇਲਾਵਾ ਇਨਵਾਇਰਮੈਂਟਲ ਟੈਕਨੀਸ਼ੀਅਨ ਹੋ ਗਿਆ, ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਵਾਲਾ ਕੋਰਸ ਹੋ ਗਿਆ, ਹੀਟਿੰਗ ਵੈਂਟੀਲੇਸ਼ਨ, ਜਿਹੜੇ ਕੋਰਸਿਸ ਬਹੁਤ ਜ਼ਿਆਦਾ ਹਾਈ ਡਿਮਾਂਡ 'ਤੇ ਹੈ। ਦੇਖੋ, ਉਹਨਾਂ 'ਚ ਤਾਂ ਸੀਟ ਕਿਤੇ ਵੀ ਨਹੀਂ ਮਿਲਣੀ, ਬਿਕੋਜ਼ ਉਹ ਕੋਰਸਿਸ ਜਿਹੜੇ ਹੈਗੇ ਆ ਉਹਨਾਂ 'ਚੋਂ ਡਾਇਰੈਕਟ PR ਹੋ ਜਾਣਗੀਆਂ। ਸੋ ਜਿਹੜੇ ਕੋਰਸਿਸ ਬਹੁਤ ਹਾਈ ਡਿਮਾਂਡ 'ਤੇ ਹੈ, ਉੱਥੇ ਸਟੂਡੈਂਟਸ ਨੂੰ ਦਿੱਕਤ ਆਏਗੀ ਹੀ ਆਏਗੀ। ਬਟ ਸਟੂਡੈਂਟਸ, ਮੇਰੀ ਸਾਰਿਆਂ ਨੂੰ ਐਡਵਾਈਜ਼ ਹੈ ਕਿ ਟੈਕਨੀਕਲ ਕੋਰਸਿਸ ਦੀ ਆਪਾਂ ਕੋਸ਼ਿਸ਼ ਕਰੀਏ ਲੈਣ ਦੀ, ਨੋਨ ਟੈਕਨੀਕਲ ਕੋਰਸਿਸ ਆਪਾਂ ਨਾ ਲਈਏ ਤਾਂ ਕਿ ਸਾਨੂੰ PR 'ਚ ਕੋਈ ਔਖ ਨਾ ਆਏ। ਬਿਲਕੁਲ ਠੀਕ ਹੈ। ਸੋ ਬੜੀ ਇੰਪੋਰਟੈਂਟ ਡਿਸਕਸ਼ਨ ਹੈ। ਮਾਸਟਰਸ ਦੇ ਵੀਜ਼ੇ ਨਿਕਲਦੇ ਪਏ ਨੇ ਜੀ ਕਰਨ ਕੁਮਾਰ? ਵੀਜ਼ਾ 'ਚ ਕੋਈ ਪ੍ਰੋਬਲਮ ਨਹੀਂ ਹੈ, ਵੀਜ਼ਾ ਸਾਰਿਆਂ ਦੇ ਆ ਰਹੇ ਹੈ, ਜਿਹੜੇ ਕੰਡੀਸ਼ਨਸ ਮੀਟ ਕਰਦੇ ਪਏ ਆ ਉਹਨਾਂ ਸਾਰਿਆਂ ਦੇ ਵੀਜ਼ਾ ਆ ਰਹੇ ਨੇ। ਸੋ ਵੀਜ਼ਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ,
ਲੇਕਿਨ ਜਿੱਥੇ ਕਿਤੇ ਦਿੱਕਤ ਹੈ ਆਫਰ ਲੈਟਰ ਮਿਲਣ 'ਚ ਹੈ। ਲੇਕਿਨ ਜਸਮੀਤ ਜੀ, ਤੁਸੀਂ ਤਾਂ ਸਿੱਧਾ ਕਰਦੇ ਹੋ ਕੰਮ ਸਾਰੇ ਸਰਕਾਰੀ ਕਾਲਜਸ ਦੇ ਨਾਲ, ਲਗਭਗ 70-80 ਸਰਕਾਰੀ ਕਾਲਜਸ ਦੀ ਲਿਸਟ ਹੈ, ਤੁਹਾਡੇ ਲਈ ਆਫਰ ਲੈਟਰ ਲੈਣਾ ਕਿਉਂ ਮੁਸ਼ਕਲ ਹੈ? ਸੀ, ਆਫਰ ਲੈਟਰ ਲੈਣਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈਗਾ, ਅਸੀਂ ਡਾਇਰੈਕਟਲੀ ਹੀ ਅਪਲਾਈ ਕਰਦੇ ਹਾਂ ਔਰ ਡਾਇਰੈਕਟਲੀ ਹੀ ਅਸੀਂ ਕਾਲਜਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਾਂਗੇ ਤੁਹਾਡੀ ਆਫਰ ਲੈਟਰ। ਤੋ ਮੁਸ਼ਕਿਲ ਇਹ ਹੈ ਕਿ ਜਿਹੜੇ ਕੋਰਸਿਸ ਹੈਗੇ ਆ ਉਹਨਾਂ 'ਚ ਜੇ ਸੀਟਸ ਭਰ ਜਾਣਗੀਆਂ ਤਾਂ ਬਿਲਕੁਲ ਹੀ ਮੁਸ਼ਕਿਲ ਪਏਗਾ ਹੀ ਰਹੇਗਾ। ਸੋ ਦੈਟ ਇਜ਼ ਵਾਈ। ਸਿਮਰ ਰਾਣੀ ਹੁਣ ਦਾ ਵੀ ਕੁਐਸਚਨ ਹੈ ਸਰ ਕਿਊਬਿਕ ਦਾ, ਇਨ ਕਿਊਬਿਕ ਜੀ ਆਈ ਸੀ ਇਜ਼ ਇਨਕਰੀਜ਼ਡ ਐਂਡ ਨਾਓ ਜੀ ਆਈ ਸੀ ਇਜ਼ 15-7-8, ਕੈਨ ਸਕੋਸ਼ੀਆ ਬੈਂਕ ਪ੍ਰੋਵਾਈਡ ਅਨਦਰ ਸਰਟੀਫਿਕੇਟ ਆਫ ਜੀ ਆਈ ਸੀ ਇਫ ਆਈ ਐਡ $500? ਕਰ ਸਕਦੇ ਜੀ ਪ੍ਰੋਵਾਈਡ। ਹੈਲੋ, ਓਬਵੀਅਸਲੀ ਹਾਂ, ਤੁਸੀਂ $500 ਐਕਸਟਰਾ ਦੇ ਕੇ ਉਹਨਾਂ ਤੋਂ ਐਡੀਸ਼ਨਲ ਲੈ ਸਕਦੇ ਹੋ। ਬਿਲਕੁਲ, ਤੁਸੀਂ ਉਹਨਾਂ ਤੋਂ ਐਡੀਸ਼ਨਲ ਲੈ ਸਕਦੇ ਹੋ। ਜਸਮੀਤ ਜੀ ਨੇ ਕਲੈਰੀਫਾਈ ਕੀਤਾ UCW ਵੈਂਕੂਵਰ, ਹੁਣ ਅਟੈਸਟੇਸ਼ਨ ਲੈਟਰ ਕਦੋਂ ਆਉਣ ਲੱਗਣਗੀਆਂ? ਇਹ ਵੀ ਸਵਾਲ ਆਣੇ ਸ਼ੁਰੂ ਹੋ ਗਏ ਆ, UCW ਦੇ ਆਣੇ ਸ਼ੁਰੂ ਹੋ ਗਏ ਆ ਹੁਣ। UCW ਦੇ ਜਿਹੜੇ ਲੈਟਰ ਸੀ ਉਹ ਆਣੇ ਸ਼ੁਰੂ ਹੋ ਗਏ ਨੇ, ਜਸਮੀਤ ਜੀ ਨੇ ਕਲੈਰੀਫਾਈ ਕੀਤਾ। ਸ਼ੀਨਾ ਕੌਰ ਕਹਿੰਦੇ ਨੇ 2021 ਚ ਰਿਫਿਊਜ਼ਲ ਸੀ ਕੈਨੇਡਾ ਤੋਂ, ਦੁਬਾਰਾ ਹੋ ਸਕਦਾ? ਬਿਲਕੁਲ ਹੋ ਸਕਦਾ ਜੀ, ਤੁਸੀਂ ਆਪਣਾ ਪ੍ਰੋਫਾਈਲ ਵਟਸਐਪ ਕਰੋ, ਸਕਰੀਨ ਤੇ ਨੰਬਰ ਹੈ 9041096100, ਤੁਸੀਂ ਇਸ ਨੰਬਰ ਤੇ ਆਪਣਾ ਪ੍ਰੋਫਾਈਲ ਵਟਸਐਪ ਕਰ ਸਕਦੇ ਹੋ ਜਸਮੀਤ ਜੀ ਨਾਲ, ਔਰ ਜਸਮੀਤ ਜੀ ਦੀ ਟੀਮ ਤੁਹਾਨੂੰ ਉਸ ਤੋਂ ਬਾਅਦ ਕੋਆਰਡੀਨੇਟ ਕਰੇਗੀ। ਜਸਮੀਤ ਜੀ, ਅਗਰ 31 ਮਾਰਚ ਤੱਕ ਕੈਨੇਡਾ ਦਾ ਹਰ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਦੀ ਅਨਾਊਂਸਮੈਂਟ ਕਰ ਦਿੰਦਾ, ਫਿਰ ਮੰਨਿਆ ਜਾਵੇ ਕਿ ਅਪ੍ਰੈਲ ਦੇ ਵਿੱਚ ਆਫਰ ਲੈਟਰ ਲੈਣੀ ਔਖੀ ਹੋ ਜਾਣੀ ਸਟੂਡੈਂਟਸ ਨੂੰ ਇਮੀਡੀਏਟ, ਕੀ ਇਹ ਸੇਫ ਹੈ ਕਿ ਹੁਣੇ ਸਟੂਡੈਂਟ ਆਪਣੀਆਂ ਆਫਰ ਲੈਟਰਸ ਅਲੱਗ ਅਲੱਗ ਪ੍ਰੋਵਿੰਸ ਤੋਂ ਲੈ ਲੈਣ? ਡੈਫੀਨੇਟਲੀ ਡੈਫੀਨੇਟਲੀ ਜੀ, ਦੇਖੋ ਜਿੰਨੀ ਜਲਦੀ ਆਪਾਂ ਅਪਲਾਈ ਕਰਾਂਗੇ ਓਨੀ ਜਲਦੀ ਅਸੀਂ ਜਾ ਸਕਦੇ ਹਾਂ। ਸੋ ਜੇ ਤੁਸੀਂ ਸਾਡੇ ਕੋਲ ਆਈਲੈਟਸ ਹੈਗੀ ਹੈ ਤਾਂ ਡੈਫੀਨੇਟਲੀ ਤੁਸੀਂ ਕੀ ਕਹਿੰਦੇ ਆ ਅਪਲਾਈ ਕਰੋ ਹੁਣੇ, ਐਂਡ ਜੇ ਤੁਹਾਡੇ ਕੋਲ ਆਈਲੈਟਸ ਨਹੀਂ ਹੈ ਤਾਂ ਤੁਸੀਂ ਕੀ ਕਹਿੰਦੇ ਆ ਆਈਲੈਟਸ ਕਰੋ ਫਟਾਫਟ, ਬਿਕੋਜ਼ ਆਈਲੈਟਸ ਜਾਂ PTE ਤੋਂ ਬਿਨਾਂ ਅਸੀਂ ਅਪਲਾਈ ਨਹੀਂ ਕਰ ਸਕਦੇ। ਬਿਲਕੁਲ, ਆਈਲੈਟਸ ਜਾਂ PTE ਤੋਂ ਬਿਨਾਂ ਅਪਲਾਈ ਕਰਨਾ ਔਖਾ ਹੈ। ਸੋ ਜਿਹੜੇ ਸਟੂਡੈਂਟਸ ਹਜੇ ਜਿਹਨਾਂ ਨੇ ਨਹੀਂ ਆਈਲੈਟਸ ਜਾਂ PTE ਕੀਤੀ ਉਹ ਜ਼ਰੂਰ ਆਈਲੈਟਸ ਔਰ PTE ਵਾਲੇ ਪਾਸੇ ਫੋਕਸ ਕਰਨ। ਸਰ ਹੁਣ ਜਿਹੜੇ ਸਾਡੇ ਨਵੇਂ ਬੱਚੇ ਪਾਸ ਆਊਟ ਹੋ ਕੇ ਨਿਕਲਣੇ ਨੇ, ਸੋ ਆਲਮੋਸਟ ਐਗਜ਼ਾਮ ਬੱਚਿਆਂ ਦੇ ਖਤਮ ਹੋਣ ਵਾਲੇ ਨੇ, ਸੋ ਜਿਹੜੇ ਨਵੇਂ ਬੱਚੇ ਨੇ ਇਮੀਡੀਏਟ ਆਈਲੈਟਸ ਦੀਆਂ ਕਲਾਸਿਸ ਉਹਨਾਂ ਨੂੰ ਜੁਆਇਨ ਕਰਨੀਆਂ ਚਾਹੀਦੀਆਂ ਨੇ ਕੈਨੇਡਾ ਲਈ ਜਿਹੜੇ ਇੰਟਰਸਟਡ ਨੇ, ਜਾਂ ਉਹ ਕੰਡੀਸ਼ਨਲ ਆਫਰ ਲੈਟਰ ਦੇ ਕੰਡੀਸ਼ਨਲ ਆਫਰ ਲੈਟਰ ਪਹਿਲਾਂ ਲੈ ਲੈਣ? ਕੀ ਹੁਣ ਕੰਡੀਸ਼ਨਲ ਆਫਰ ਲੈਟਰ ਦਾ ਪ੍ਰੋਸੈਸ ਵੀ ਚੇਂਜ ਹੋਏਗਾ? ਦੇਖੋ ਕੁਝ ਕਾਲਜਸ ਨੇ ਤਾਂ ਬੈਂਚਮਾਰਕ ਸੈੱਟ ਕਰਤਾ ਕਿ ਅਸੀਂ 70% ਵਾਲੇ ਬੱਚੇ ਨੂੰ ਹੀ ਆਫਰ ਲੈਟਰ ਦੇਣੀ ਹੈ। ਸੋ ਕਿਸੇ ਸੈਂਟੀਨੀਅਲ ਕਾਲਜ ਨੇ ਕਿਹਾ ਕਿ ਅਸੀਂ 70% ਵਾਲੇ ਨੂੰ ਹੀ ਆਫਰ ਲੈਟਰ ਦੇਵਾਂਗੇ। ਸੈਨਿਕਾ ਵੀ ਆਲਮੋਸਟ 6.5 ਨੋ ਬੈਂਡ ਲੈਸਨ 6 ਔਰ ਅੱਛੀ ਪ੍ਰੋਫਾਈਲ ਨੂੰ ਹੀ ਆਫਰ ਲੈਟਰ ਦਿੰਦਾ ਹੈ। ਸੋ ਕਾਫੀ ਸਾਰੇ ਕਾਲਜਸ ਆਪਣੇ ਬੈਂਚਮਾਰਕ ਵੀ ਚੇਂਜ ਕਰ ਰਹੇ ਨੇ।
ਬਿਲਕੁਲ ਠੀਕ ਹੈ ਸਰ, ਇਹਦਾ ਮਤਲਬ ਹੈ ਜਿਹੜੇ ਬੱਚਿਆਂ ਦੇ ਜੀ ਸਰ ਇੱਦਾਂ ਕਿ ਇੱਕ ਵਾਰੀ ਜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇਤੀ ਤਾਂ ਉਸ ਤੋਂ ਬਾਅਦ ਉਹ ਉੱਥੇ ਜੇ ਬੱਚੇ ਨੂੰ ਰਿਫਿਊਜ਼ਲ ਆ ਗਈ ਤਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਕੀ ਕਹਿੰਦੇ ਖਰਾਬ ਹੋ ਜਾਏਗੀ। ਬਿਲਕੁਲ, ਸੋ ਇਹ ਵੀ ਪੁਆਇੰਟ ਹੈ, ਇਹਨਾਂ ਪੁਆਇੰਟਸ ਕਰਕੇ ਲਗਾਤਾਰ ਜਸਮੀਤ ਜੀ ਅਵੇਅਰ ਕਰਦੇ ਨੇ ਸਟੂਡੈਂਟਸ ਨੂੰ ਕਿ ਤੁਸੀਂ ਬਿਲਕੁਲ ਆਪਣੇ ਪ੍ਰੋਫਾਈਲ ਨੂੰ ਅਸੈਸ ਕਰਵਾ ਕੇ ਜਸਮੀਤ ਜੀ ਦੀ ਟੀਮ ਤੋਂ, ਉਸ ਤੋਂ ਬਾਅਦ ਹੀ ਡਿਸਾਈਡ ਕਰੋ ਆਫਰ ਲੈਟਰ ਤੁਸੀਂ ਕਿਹੜੇ ਪ੍ਰੋਵਿੰਸ ਚ ਅਪਲਾਈ ਕਰਨੀ ਹੈ, ਕਿਹੜੇ ਕਾਲਜ ਚ ਅਪਲਾਈ ਕਰਨੀ ਹੈ। ਜਸਮੀਤ ਜੀ, ਸਟੂਡੈਂਟਸ ਮਿਸਮੈਚ ਵੀ ਹੁੰਦਾ ਹੋਏਗਾ, ਸਟੂਡੈਂਟਸ ਕਈ ਅਜਿਹੇ ਪ੍ਰੋਫਾਈਲ ਨੇ ਜਿਹਨਾਂ ਨੂੰ ਡਿਨਾਈ ਹੋ ਜਾਂਦੀ ਹੋਏਗੀ ਆਫਰ ਲੈਟਰ ਵੀ ਅੱਜ ਕੱਲ੍ਹ ਤਾਂ। ਦੇਖੋ ਜਿਹੜੇ ਪ੍ਰੋਫਾਈਲਸ ਜਿਵੇਂ ਜੇ ਤੁਸੀਂ ਕਿਸੇ ਕਾਲਜ ਦੀਆਂ ਯੂਨੀਵਰਸਿਟੀ ਦੀਆਂ ਰਿਕੁਆਇਰਮੈਂਟਸ ਨਹੀਂ ਫੁਲਫਿਲ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਡਿਕਲਾਈਨ ਹੋ ਸਕਦੀ ਹੈ ਆਫਰ ਲੈਟਰ। ਬਟ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਅਪਲਾਈ ਕਰੀਏ ਤਾਂ ਸਾਡੇ ਕੋਲ ਪਤਾ ਹੁੰਦਾ ਕਿ ਕਿਹੜੇ ਕਿਹੜੇ ਯੂਨੀਵਰਸਿਟੀ ਜਾਂ ਕਾਲਜਿਸ ਤੋਂ ਕੀ ਉਹਨਾਂ ਦੀ ਐਂਟਰੀ ਰਿਕੁਆਇਰਮੈਂਟ ਹੈਗੀ ਹੈ। ਔਰ ਨੋਰਮਲੀ ਦੇਖੋ ਅੱਜ ਕੱਲ੍ਹ ਨਿਊ ਬਰੂਨਸਵਿਕ, ਨੋਵਾ ਸਕੋਸ਼ੀਆ 'ਚ ਆਫਰ ਲੈਟਰ ਮਿਲਣੀ ਬੜੀ ਮੁਸ਼ਕਿਲ ਹੋਈ ਹੈ ਇਸ ਏਰੀਏ 'ਚ, ਕਿਉਂਕਿ ਹਰ ਕੋਈ ਬੱਚਾ ਚਾਹੁੰਦਾ ਹੈ ਕਿ ਮੈਨੂੰ ਇੱਥੇ ਹੀ ਆਫਰ ਲੈਟਰ ਮਿਲੇ। ਤੋ ਸਟੂਡੈਂਟਸ ਇੱਥੇ ਮੇਰੇ ਹਿਸਾਬ ਨਾਲ ਇਸ ਟਾਈਮ ਤੇ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਬਿਕੋਜ਼ ਆਫਰ ਲੈਟਰਸ ਨਹੀਂ ਆ ਰਹੀਆਂ, ਤੁਸੀਂ ਐਪਲੀਕੇਸ਼ਨ ਫੀਸ ਵੀ ਖਰਾਬ ਕਰੋਗੇ। ਕਿਉਂਕਿ ਕਾਫੀ ਸਾਰੇ ਬੱਚੇ ਕਰ ਰਹੇ ਆ ਅਪਲਾਈ ਬਟ ਆਫਰ ਲੈਟਰਸ ਨਹੀਂ ਆ ਰਹੀਆਂ, ਨੋਵਾ ਸਕੋਸ਼ੀਆ, ਨਿਊ ਬਰੂਨਸਵਿਕ ਦੇ ਕਾਲਜਸ ਤੋਂ ਐਂਡ ਈਵਨ ਪ੍ਰਿੰਸ ਐਡਵਰਡ ਆਈਲੈਂਡ ਦੇ ਵੀ ਕਾਲਜ ਤੋਂ ਵੀ ਆਫਰ ਲੈਟਰਸ ਨਹੀਂ ਆ ਰਹੀਆਂ। ਅਟੈਸਟੇਸ਼ਨ ਲੈਟਰ ਤੁਹਾਡਾ ਏਜੰਟ ਅਪਲਾਈ ਕਰੇਗਾ ਔਰ ਯੂਨੀਵਰਸਿਟੀ ਤੁਹਾਡੇ ਈਮੇਲ ਆਈਡੀ ਤੇ ਤੁਹਾਨੂੰ ਭੇਜ ਦੇਗੀ ਪੰਜਾਬੀ ਦੀ ਲਵਰ। ਬਿਲਕੁਲ ਜੀ, ਔਰ ਤੁਸੀਂ ਆਪਣਾ ਜਿਹੜਾ ਵੀ ਕੰਸਲਟੈਂਟ ਚੁਣਨਾ ਹੈ ਇਹ ਤੁਸੀਂ ਖਿਆਲ ਰੱਖਣਾ ਕਿ ਤੁਹਾਡਾ ਜਿਹੜਾ ਐਡਰੈਸ ਹੈ, ਟੈਲੀਫੋਨ ਨੰਬਰ ਹੈ, ਈਮੇਲ ਆਈਡੀ ਹੈ, ਉਹ ਤੁਹਾਡਾ ਅਥੈਂਟਿਕ ਔਰ ਪ੍ਰੋਪਰ ਹੋਵੇ, ਕਿਉਂਕਿ ਅਦਰਵਾਈਜ਼ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਜਸਮੀਤ ਜੀ, ਥੋੜ੍ਹਾ ਜਿਹਾ ਅਸੀਂ ਕੈਨੇਡਾ ਦਾ ਜੇ ਹੋਰ ਮੈਂ ਐਲੈਬੋਰੇਟ ਕਰਾਂ, ਹੁਣ ਫੋਕਸ ਸਟੂਡੈਂਟ ਸਿਰਫ ਸੈਪਟੈਂਬਰ ਇਨਟੇਕ 'ਤੇ ਕਰਨ, ਅਸੀਂ ਇਹ ਮੰਨ ਕੇ ਚੱਲੀਏ? ਦੇਖੋ ਯੈਸ, ਮੈਂ ਤਾਂ ਇਸ ਟਾਈਮ ਤੇ ਇਹੀ ਕਹਾਂ ਕਿ ਹੁਣ ਸਾਡਾ ਫੋਕਸ ਸੈਪਟੈਂਬਰ ਇਨਟੇਕ ਤੇ ਹੀ ਹੋਣਾ ਚਾਹੀਦਾ ਫੋਰ ਕੈਨੇਡਾ। ਬਿਲਕੁਲ, ਸੋ ਸੈਪਟੈਂਬਰ ਇਨਟੇਕ ਦੀ ਸਿਚੁਏਸ਼ਨ ਤੁਹਾਡੇ ਕੋਲੇ ਕਿੰਨੀਆਂ ਸੀਟਸ ਨੇ, ਕਿੰਨੀਆਂ ਆਫਰ ਲੈਟਰਸ ਅੱਛੇ ਅੱਛੇ ਕਾਲਜ ਯੂਨੀਵਰਸਿਟੀਆਂ ਤੋਂ ਅਵੇਲੇਬਲ ਹੋ ਸਕਦੀਆਂ? ਦੇਖੋ ਇਹ ਤਾਂ ਹਲੇ ਜਿਹੜੇ ਜਿਹੜੇ ਪ੍ਰੋਗਰਾਮਸ ਓਪਨ ਹੈ ਉਹਨਾਂ 'ਚ ਸਟੂਡੈਂਟਸ ਅਪਲਾਈ ਕਰ ਸਕਦੇ ਆ, ਜਿਹੜੇ ਪ੍ਰੋਗਰਾਮਸ ਕਲੋਜ਼ ਹੈ ਉਹਨਾਂ 'ਚ ਅਸੀਂ ਨਹੀਂ ਅਪਲਾਈ ਕਰ ਸਕਦੇ। ਸੋ ਡੈਫੀਨੇਟਲੀ ਬਿਲਕੁਲ ਠੀਕ ਹੈ। ਸੋ ਜਿਹੜੇ ਪ੍ਰੋਗਰਾਮ ਓਪਨ ਨੇ ਅੱਜ ਕੱਲ੍ਹ, ਜਿਵੇਂ ਟ੍ਰੇਡ ਐਂਡ ਸਕਿੱਲਸ ਦੀ ਗੱਲ ਹਮੇਸ਼ਾ ਕਰਦੇ ਨੇ ਜਸਮੀਤ ਭਾਟੀਆ ਜੀ, ਸੋ ਟ੍ਰੇਡ ਐਂਡ ਸਕਿੱਲਸ ਦੇ ਜਿਹੜੇ ਕੋਰਸਿਸ ਨੇ ਤੁਸੀਂ ਸਾਰੇ ਸਟੂਡੈਂਟਸ ਉਹਨਾਂ ਨੂੰ ਪ੍ਰੈਫਰੈਂਸ ਦਿਓ ਔਰ ਉਹਦੇ ਨਾਲ ਹੀ ਤੁਹਾਨੂੰ ਸਪਟੰਬਰ ਇਨਟੇਕ ਦੇ ਵਿੱਚ ਅੱਛੇ ਚਾਂਸ ਨੇ ਜਿਹੜੇ ਉਹ ਬਣ ਸਕਦੇ ਨੇ। ਜਸਮੀਤ ਜੀ, ਟ੍ਰੇਡ ਐਂਡ ਸਕਿੱਲਸ ਦੇ ਕੋਰਸ ਨੇ ਜਿਹੜੇ, ਕੀ ਇਹ ਵੀ ਕੈਨੇਡਾ ਦੇ ਹਰ ਪ੍ਰੋਵਿੰਸ 'ਚ ਅਵੇਲੇਬਲ ਨੇ ਜਾਂ ਕੁਝ ਪ੍ਰੋਵਿੰਸ ਨੇ ਜਿੱਥੇ ਇਹ ਫੋਕਸ ਹੈ ਇਹਨਾਂ ਕੋਰਸਿਸ ਦਾ? ਦੇਖੋ ਹਰ ਪ੍ਰੋਵਿੰਸਿਸ 'ਚ ਅਵੇਲੇਬਲ ਹੈ ਬਟ ਮੋਸਟ ਆਫ ਦ ਕੋਰਸਿਸ ਆਰ ਅਵੇਲੇਬਲ ਇਨ ਓਨਟਾਰੀਓ। ਸੋ ਜਿਵੇਂ ਅਲਬਰਟਾ 'ਚ ਕਹੋਗੇ ਤਾਂ ਬਹੁਤ ਸ਼ਾਰਟੇਜ ਹੈ, ਸਿਰਫ ਨੇਟ ਜਾਂ ਸੇਟ 'ਚ ਹੀ ਇਹ ਕੋਰਸਿਸ ਅਵੇਲੇਬਲ ਹੈਗੇ ਆ, ਮੈਡੀਸਨ ਹੈਟ ਕਾਲਜ 'ਚ ਅਵੇਲੇਬਲ ਹੈਗੇ ਆ। ਸੋ ਤਿੰਨ ਚਾਰ ਕਾਲਜਿਸ 'ਚ ਹੀ ਟ੍ਰੇਡਸ ਐਂਡ ਸਕਿੱਲਸ ਦੇ ਕੋਰਸਿਸ ਅਵੇਲੇਬਲ ਹੈਗੇ ਆ, ਸਸਕੈਚੁਅਨ 'ਚ ਸਸਕੈਚੁਅਨ ਪੋਲੀਟੈਕਨੀਕ 'ਚ ਅਵੇਲੇਬਲ ਹੈਗੇ ਆ। ਬਟ ਦੇਖੋ ਇੱਕ ਇੱਕ ਸਾਲ ਦੀ ਵੇਟਿੰਗ ਚੱਲਦੀ ਹੈ ਉੱਥੇ, ਬਾਓ ਵੈਲੀ 'ਚ ਵੀ ਇੱਕ ਸਾਲ ਦੀ ਵੇਟਿੰਗ ਚੱਲਦੀ ਹੈ। ਜੇ ਤੁਸੀਂ ਅੱਜ ਅਪਲਾਈ ਕਰਨਾ ਚਾਹੁੰਦੇ ਹੋ ਬਾਓ ਵੈਲੀ ਫੋਰ ਨੈਕਸਟ ਈਅਰ ਤੁਹਾਨੂੰ ਮਿਲੇਗਾ। ਬਿਲਕੁਲ ਜੀ, ਸੋ ਕਈ ਸਟੂਡੈਂਟਸ ਦੇ ਸਵਾਲ ਵੀ ਨੇ, ਸਸਕੈਚੁਅਨ ਦੀ ਅਟੈਸਟੇਸ਼ਨ ਲੈਟਰ ਆ ਰਹੀ ਹੈ, ਸਸਕੈਚੁਅਨ ਦੀ
ਤੁਸੀਂ ਤੁਹਾਡੇ ਏਜੰਟ ਨੂੰ ਕਹੋ ਈਮੇਲ ਕਰਨ ਕਾਲਜ 'ਚ, ਤਾਂ ਉਹ ਦੱਸ ਦਿੰਦੇ ਕਿ ਕਿੰਨੇ ਦਿਨ 'ਚ ਸਾਡੀ ਆਫਰ ਲੈਟਰ ਆ ਰਹੀ ਹੈ। ਸਡਬਰੀ ਦੀ ਕੈਂਬਰੀਅਨ ਕਾਲਜ ਦੀ ਆਫਰ ਲੈਟਰ ਟਾਈਮ ਇਜ਼ 4 ਵੀਕਸ ਜੀ। ਬਿਲਕੁਲ, ਸੋ ਸੈਡਬਰੀ 4 ਵੀਕਸ। ਸੋ ਤੁਸੀਂ ਸਾਰੇ ਸਟੂਡੈਂਟਸ, ਅਗਰ ਤੁਹਾਨੂੰ ਆਫਰ ਲੈਟਰ ਦੀ ਪ੍ਰੋਬਲਮ ਹੈ, ਨਹੀਂ ਆ ਰਹੀ, ਤੇ ਜਸਮੀਤ ਜੀ ਹੁਣ ਐਗਜੈਕਟਲੀ ਬੱਚਾ ਕਿਵੇਂ ਡਿਸਾਈਡ ਕਰੇ ਕਿ ਉਹਨੇ ਇੱਕ ਆਫਰ ਲੈਟਰ ਅਪਲਾਈ ਕਰਨੀ ਹੈ ਜਾਂ ਦੋ ਪ੍ਰੋਵਿੰਸ ਜਾਂ ਤਿੰਨ ਪ੍ਰੋਵਿੰਸ ਚ ਆਫਰ ਲੈਟਰ ਅਪਲਾਈ ਕਰਨੀ ਹੈ? ਸੋ ਮੇਰੇ ਹਿਸਾਬ ਨਾਲ ਦੇਖੋ, ਜੇ ਐਲੀਜੀਬਿਲਟੀ ਤੁਸੀਂ ਕਰਦੇ ਹੋ, ਫੁਲਫਿਲ ਕਰਦੇ ਹੋ, ਤਾਂ ਤੁਸੀਂ ਇੱਕੋ ਆਫਰ ਲੈਟਰ ਵੀ ਅਪਲਾਈ ਕਰ ਸਕਦੇ ਹੋ, ਤੁਹਾਨੂੰ ਦੋ ਆਫਰ ਲੈਟਰ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ। ਬਿਲਕੁਲ, ਸੋ ਇਹ ਵੀ ਗੱਲ ਜਸਮੀਤ ਜੀ ਨੇ ਸਾਫ਼ ਕੀਤੀ ਕਿ ਦੋ ਆਫਰ ਲੈਟਰ ਅਪਲਾਈ ਕਰਨ ਦੀ ਲੋੜ ਨਹੀਂ, ਕਿਉਂਕਿ ਆਮ ਤੌਰ 'ਤੇ ਜਦੋਂ ਸਟੂਡੈਂਟਸ ਨਾਲ ਗੱਲਬਾਤ ਹੁੰਦੀ ਹੈ ਨਾ, ਸਟੂਡੈਂਟਸ ਬਹੁਤ ਕਨਫਿਊਜ਼ ਰਹਿੰਦੇ ਆ ਕਿ ਅਸੀਂ ਦੋ ਪ੍ਰੋਵਿੰਸ ਕਰ ਲਈਏ, ਇਸ ਪ੍ਰੋਵਿੰਸ ਨਾਲ ਆਈ ਅਤੇ ਦੂਸਰੇ ਪ੍ਰੋਵਿੰਸ 'ਚ ਆ ਜਾਏਗੀ। ਹਜੇ ਇਸ ਤਰ੍ਹਾਂ ਦੀ ਕੋਈ ਡਰ ਵਾਲੀ ਗੱਲ ਤਾਂ ਨਹੀਂ, ਹਜੇ ਤਾਂ ਈਜ਼ੀਲੀ ਸਟੂਡੈਂਟਸ ਦੀਆਂ ਅਟੈਸਟੇਸ਼ਨ ਲੈਟਰਸ ਪੈਂਡਿੰਗ ਨੇ। ਕਈ ਸਟੂਡੈਂਟਸ ਨੂੰ ਲੱਗਦਾ ਹੈ ਵੀ ਅਟੈਸਟੇਸ਼ਨ ਲੈਟਰ ਤੁਰੰਤ ਨਾ ਭਰ ਜਾਣ। ਨਹੀਂ, ਇੱਦਾਂ ਦਾ ਨਹੀਂ ਆ ਸਰ, ਸਾਰਿਆਂ ਜਿਨ੍ਹਾਂ ਨੇ ਫੀਸ ਪੇ ਕੀਤੀ ਹੋਈ ਆ ਉਹਨਾਂ ਸਾਰਿਆਂ ਨੂੰ ਮਿਲਣਗੀਆਂ। ਸੋ ਜੇ ਸਟੂਡੈਂਟਸ ਫੀਸ ਨਹੀਂ ਜਿਹੜੇ ਪੇ ਕਰ ਰਹੇ ਉਹਨਾਂ ਨੂੰ ਆਫਰ ਲੈਟਰਸ ਨਹੀਂ ਮਿਲਣਗੀਆਂ। ਸੋ ਇਹ ਸਾਰਾ ਸਟੂਡੈਂਟਸ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿ ਅਟੈਸਟੇਸ਼ਨ ਲੈਟਰ ਜੇ ਲੈਣੀ ਹੈ ਤਾਂ ਸਾਨੂੰ ਫੀਸ ਪੇ ਕਰਨੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਸੋ ਅਟੈਸਟੇਸ਼ਨ ਲੈਟਰ ਲੈਣ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਸਟੂਡੈਂਟਸ ਆਪਣੀ ਫੀਸ ਪੇ ਕਰਨ। ਜਸਮੀਤ ਜੀ, ਮੈਂ ਹੁਣ ਅਗਰ USA ਵੱਲ ਨੂੰ ਵਧਾਂ, USA ਦੇ ਵਿੱਚ ਇੰਟਰਵਿਊ ਨੂੰ ਲੈ ਕੇ ਕਈ ਨਵੀਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇੰਟਰਵਿਊ ਹੁਣ ਉਹ ਥੋੜ੍ਹੀ ਟਫ ਪੁੱਛ ਰਹੇ ਨੇ। ਸੋ ਇੰਟਰਵਿਊ USA ਦੀ ਥੋੜ੍ਹੀ ਜਿਹੀ ਟਫ ਹੈ ਜਾਂ ਟੈਕਨੀਕਲ ਹੋਈ ਹੈ ਜਾਂ ਸਿੰਪਲ ਹੈ, ਸਟੂਡੈਂਟਸ ਸਹੀ ਤਰੀਕਾ ਅਗਰ ਫੋਲੋ ਕਰਨ? USA ਦੀ ਇੰਟਰਵਿਊ ਔਰ ਸਲੋਟਸ 'ਤੇ ਮੈਂ ਚਾਹੂੰਗਾ ਥੋੜ੍ਹੀ ਜਿਹੀ ਕਲੈਰਿਟੀ ਦਿਓ। ਦੇਖੋ, ਪਹਿਲੀ ਗੱਲ ਤਾਂ ਸਲੋਟਸ 'ਚ ਹਮੇਸ਼ਾ ਹੀ ਪੇਡ ਸਲੋਟਸ ਮਿਲ ਰਹੇ ਨੇ, ਕੋਈ ਇੱਦਾਂ ਸਲੋਟਸ ਨਹੀਂ ਮਿਲ ਰਹੇ ਨੇ ਕਿ ਤੁਸੀਂ ਆਪਣੇ ਆਪ ਹੀ ਸਲੋਟ ਲੈ ਪਾਓ। ਨੋਰਮਲੀ ਇਹਦੇ 'ਚ VFS ਵਾਲੇ ਸਲੋਟਸ ਬੁੱਕ ਕਰ ਲੈਂਦੇ ਨੇ ਔਰ ਫਿਰ ਉਹ ਅੱਗੇ ਵੇਚਦੇ ਪਏ ਨੇ। ਸੋ ਇਹ ਬਹੁਤ ਮਾੜੀ ਗੱਲ ਹੈ, ਬਿਕੋਜ਼ ਅਸੀਂ ਕੋਈ ਵੀ ਸਲੋਟ ਦੇ ਪੈਸੇ ਸਟੂਡੈਂਟ ਤੋਂ ਨਹੀਂ ਲਈਦੇ। ਸੋ ਸਟੂਡੈਂਟਸ ਇੱਦਾਂ ਕੋਈ ਵੀ ਸਲੋਟ ਦੇ ਪੈਸੇ ਅਸੀਂ ਸਟੂਡੈਂਟ ਤੋਂ ਨਹੀਂ ਲਈਦੇ ਹੈਗੇ ਆ। ਸੋ ਜਿਹੜੀ ਸਲੋਟ ਦੀ ਪੇਮੈਂਟ ਲੈ ਰਹੇ ਹੋ 15,000 to 20,000 ਦੇ ਅੰਦਰ ਅੰਦਰ ਸਟੂਡੈਂਟ ਤੋਂ ਚਾਰਜ ਕੀਤੀ ਜਾ ਰਹੀ ਹੈ ਫੋਰ ਡੇਟ ਬੁਕਿੰਗ, ਬਟ ਉਹ 'ਚ 2-2.5 ਮਹੀਨੇ ਬਾਅਦ ਦੀ ਡੇਟ ਮਿਲ ਰਹੀ ਹੈ। ਸੋ ਇਸ ਚੀਜ਼ ਦਾ ਸਾਰੇ ਖਿਆਲ ਰੱਖਣ ਕਿ 2-2.5 ਮਹੀਨੇ ਬਾਅਦ ਦੀ ਜਿਹੜੀ ਹੈਗੀ ਆ ਉਹ ਡੇਟ ਮਿਲ ਰਹੀ ਹੈ ਸਟੂਡੈਂਟਸ ਨੂੰ ਜਿਹੜੇ USA ਸਟੱਡੀ ਵੀਜ਼ਾ ਜਾਣਾ ਚਾਹੁੰਦੇ ਨੇ। ਯੈਸ, ਦੇ ਹੈਵ ਸਟਾਰਟਿਡ ਆਸਕਿੰਗ ਯੂ ਸਮ ਟੈਕਨੀਕਲ ਕੁਐਸਚਨਸ, ਬਿਕੋਜ਼ ਸਟੂਡੈਂਟਸ ਬਿਲਕੁਲ ਵੀ ਤਿਆਰੀ ਕਰਕੇ ਨਹੀਂ ਜਾ ਰਹੇ ਸੀ, ਸਪੈਸ਼ਲੀ ਫਰੋਮ ਨੌਰਥ ਇੰਡੀਆ। ਸੋ ਥੋੜ੍ਹਾ ਜਿਹਾ ਪੁੱਛਣ ਲੱਗ ਗਏ ਨੇ ਕਿ ਤੁਸੀਂ ਹੁਣ ਲਾਸਟ ਸਟੱਡੀਜ਼ ਕਦੋਂ ਕੀਤੀਆਂ ਜਾਂ ਤੁਸੀਂ ਹੁਣ ਕੀ ਕਹਿੰਦੇ ਆ ਜਦੋਂ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ, ਤੁਸੀਂ ਕਿਉਂ ਇੱਥੇ ਪੜ੍ਹਨ ਆਉਣਾ ਚਾਹੁੰਦੇ ਹੋ, ਤੁਹਾਡੀ ਲਾਸਟ ਸਟੱਡੀਜ਼ 'ਚ ਕੀ ਤੁਸੀਂ ਪੜ੍ਹਿਆ। ਸੋ ਥੋੜ੍ਹੇ ਜਿਹੇ ਇੱਦਾਂ ਦੇ ਸਵਾਲ ਉਹ ਪੁੱਛਣ ਲੱਗ ਪਏ ਨੇ ਤਾਂ ਕਿ ਸਟੂਡੈਂਟ ਦਾ ਕੌਨਫੀਡੈਂਸ ਚੈੱਕ ਕਰਨ ਲਈ। ਬਿਲਕੁਲ ਠੀਕ ਹੈ। ਸੋ ਪ੍ਰੈਪਰੇਸ਼ਨ ਜਸਮੀਤ ਜੀ, ਲੈਂਡਮਾਰਕ ਦੀ ਟੀਮ ਕਿਵੇਂ ਕਰਾਉਂਦੀ ਹੈ? USA ਦੇ ਜਿਹੜੇ ਸਟੂਡੈਂਟਸ ਨੇ, ਕੋਲ ਪ੍ਰੋਪਰ ਟ੍ਰੇਨਰਸ ਹੈਗੇ ਆ ਫਾਰ USA ਟ੍ਰੇਨਿੰਗ, ਜਿਹੜੀ ਕਿ USA ਦੀ ਟ੍ਰੇਨਿੰਗ ਕਰਾਉਂਦੇ ਨੇ। ਸੋ USA ਦੇ ਟ੍ਰੇਨਰਸ ਹੈ, ਸਪੈਸ਼ਲ ਟ੍ਰੇਨਰਸ ਹੈ, SOP ਰਾਈਟਰਸ ਹੈ, ਫਾਈਲਿੰਗ ਟੀਮ ਹੈ। ਸੋ ਹਰ ਚੀਜ਼ ਦੀ ਟ੍ਰੇਨਿੰਗ ਹੈਗੀ ਔਰ ਹਰ ਚੀਜ਼ ਦੀ ਟੀਮ ਹੈਗੀ ਹੈ ਜਿਹੜੀ ਪ੍ਰੋਪਰਲੀ ਹਰ ਬੱਚੇ ਨੂੰ ਤਿਆਰੀ ਕਰਾਈ ਜਾਂਦੀ ਪ੍ਰੋਪਰਲੀ ਹਰ ਬੱਚੇ ਨੂੰ। ਸਰ, ਜਿਹੜੀ USA ਸਟੂਡੈਂਟਸ ਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਉਂਦੇ ਹੋ, ਕਿ ਉਹ ਫਿਜ਼ੀਕਲ ਹੈ ਜਾਂ ਆਨਲਾਈਨ ਵੀ ਇਹ ਪ੍ਰੈਪਰੇਸ਼ਨ ਹੋ ਸਕਦੀ ਹੈ? ਸੋ ਸਰ, ਆਨਲਾਈਨ ਵੀ ਕਰ ਸਕਦਾ ਬੱਚਾ, ਜ਼ੂਮ ਤੇ ਵੀ ਕਰ ਸਕਦਾ USA ਦੀ ਟ੍ਰੇਨਿੰਗ ਦੀ ਕੀ ਕਹਿੰਦੇ ਆ ਪ੍ਰੈਪਰੇਸ਼ਨ, ਐਂਡ ਬੱਚਾ ਆ ਕੇ ਵੀ ਸਾਡੇ ਕੋਲ ਜੇ ਇੱਥੇ ਆ ਕੇ ਵੀ ਕਰਨਾ ਚਾਹੁੰਦਾ ਤਾਂ ਫਿਜ਼ੀਕਲੀ ਵੀ ਬੱਚਾ ਕਰ ਸਕਦਾ, ਫ੍ਰੀ ਆਫ ਕਾਸਟ ਹੈ ਸਰ ਇਹ ਟ੍ਰੇਨਿੰਗ ਨਾਲ। ਬਿਲਕੁਲ, ਸੋ ਫ੍ਰੀ ਆਫ ਕਾਸਟ
USA ਦੀ ਟ੍ਰੇਨਿੰਗ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕਰਾਈ ਜਾਂਦੀ ਹੈ। ਜਸਮੀਤ ਜੀ ਨੇ ਕਈ ਗੱਲਾਂ ਕਲੀਅਰ ਕੀਤੀਆਂ। ਜਸਮੀਤ ਜੀ ਮੈਨੂੰ ਇੱਕ ਵਾਰੀ USA ਦੇ ਇਨਟੇਕਸ ਵੀ ਜ਼ਰੂਰ ਦੱਸੋ ਕਿ ਹੁਣ ਨੀਅਰ ਬਾਈ ਇਨਟੇਕਸ USA ਦੇ ਕਿਹੜੇ ਨੇ, ਸਟੂਡੈਂਟਸ ਕਿਹੜੇ ਇਨਟੇਕਸ। ਦੇਖੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਅਸੀਂ ਸਿਰਫ ਜੇ ਕਹੀਏ ਤਾਂ ਸਪਟੈਂਬਰ ਇਨਟੇਕ ਹੀ ਚੂਜ਼ ਕਰੀਏ, ਬਿਕੋਜ਼ ਸਪਟੈਂਬਰ ਇਨਟੇਕ ਇਜ਼ ਪੋਸੀਬਲ ਜਾਂ ਜਨਵਰੀ 25 ਪੋਸੀਬਲ, ਅਦਰਵਾਈਜ਼ ਹੋਰ ਕੋਈ ਇਨਟੇਕ ਪੋਸੀਬਲ ਨਹੀਂ ਹੈਗਾ। ਸੋ ਇਹ ਵੀ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਜਸਮੀਤ ਜੀ ਨੇ ਕਿ USA ਲਈ ਵੀ ਅਸੀਂ ਜਾਂ ਤਾਂ ਸਪਟੈਂਬਰ ਇਨਟੇਕ 'ਤੇ ਫੋਕਸ ਕਰੀਏ ਔਰ ਜਾਂ ਜਨਵਰੀ 25 ਇਨਟੇਕ 'ਤੇ ਫੋਕਸ ਕਰੀਏ। ਇਹਨਾਂ ਦੋਨਾਂ ਕੋਰਸਿਸ ਦੇ ਵਿੱਚ ਸਫੀਸ਼ੀਐਂਟ ਕੋਰਸਿਸ ਨੇ ਇਹਨਾਂ ਦੋਨਾਂ ਇਨਟੇਕਸ ਦੇ ਵਿੱਚ ਸਾਡੇ ਸਟੂਡੈਂਟ ਲਈ? ਸੋ ਯੈਸ, ਸਫੀਸ਼ੀਐਂਟ ਸੀਟਸ ਆਰ ਅਵੇਲੇਬਲ USA 'ਚ, ਸੀਟਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ। ਬਿਲਕੁਲ ਜੀ, ਸੋ USA 'ਚ ਸੀਟਸ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਉਹ ਸਾਰੇ ਸਟੂਡੈਂਟਸ ਜਿਹੜੇ USA ਨੂੰ ਲੈ ਕੇ ਆਫਰ ਲੈਟਰ ਦੇਖ ਰਹੇ ਨੇ ਜਾਂ ਕੋਈ ਅੱਛਾ ਕੋਰਸ, ਅੱਛਾ ਕਾਲਜ, ਕਿਉਂਕਿ ਜਸਮੀਤ ਜੀ ਬਹੁਤ ਪੁਰਾਣੇ USA ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਔਰ ਵੱਡੀ ਗਿਣਤੀ ਵੀਜ਼ਾ ਵੀ ਸਟੂਡੈਂਟਸ ਨੂੰ ਦਵਾਏ ਨੇ। ਔਰ ਇਹਦੇ ਨਾਲ ਨਾਲ ਜਿਹੜਾ ਇੱਕ ਬੜਾ ਇੰਪੋਰਟੈਂਟ ਗੱਲ USA ਨਾਲ ਜੁੜੀ ਹੋਈ ਇਹ ਹੈ ਕਿ ਬਹੁਤ ਸਾਰੀਆਂ ਲੋਅ ਫੀਸ ਯੂਨੀਵਰਸਿਟੀਜ਼, ਲੋਅ ਫੀਸ ਕਾਲਜਸ ਦੇ ਨਾਲ ਵੀ ਜਸਮੀਤ ਜੀ ਦੇ ਟਾਈ ਅਪਸ ਨੇ, ਜਿੱਥੇ ਸਟੂਡੈਂਟਸ ਰੀਜ਼ਨੇਬਲ ਫੀਸ ਤੇ ਜਾ ਸਕਦੇ ਨੇ ਔਰ ਸਕਾਲਰਸ਼ਿਪ ਅਟੇਨ ਕਰ ਸਕਦੇ ਨੇ। ਜਸਮੀਤ ਜੀ, ਤੁਹਾਡੇ ਸਟੂਡੈਂਟਸ ਨੂੰ ਸਕਾਲਰਸ਼ਿਪ ਪਿਛਲੇ ਸਮਿਆਂ ਦੇ ਵਿੱਚ ਮਿਲੀਆਂ ਨੇ ਈਜ਼ੀਲੀ ਔਰ ਕਿੰਨੀਆਂ ਮਿਲੀਆਂ? ਹਾਂਜੀ ਸਰ, ਸਰ ਸਕਾਲਰਸ਼ਿਪ ਤੁਹਾਡੇ ਸਟੂਡੈਂਟਸ ਨੂੰ ਕਿੰਨੀਆਂ ਪਿਛਲੇ ਸਮਿਆਂ ਚ ਮਿਲੀਆਂ? $30,000 ਤੱਕ ਦੀ ਸਕਾਲਰਸ਼ਿਪ ਹੈਗੀ USA ਚ, ਤੋਂ ਕੁਝ ਕਾਲਜਸ $30,000 ਤੱਕ ਦੀ ਸਕਾਲਰਸ਼ਿਪ ਆਫਰ ਕਰ ਰਹੇ ਨੇ USA ਚ। ਸੋ ਜੇ ਤੁਸੀਂ USA ਦੇਖ ਰਹੇ ਹੋ ਤਾਂ ਕਾਫੀ ਸਾਰੀਆਂ ਯੂਨੀਵਰਸਿਟੀਜ਼, ਕਾਲਜਸ ਇਦਾਂ ਦੀਆਂ ਜਿਹੜੇ ਬਹੁਤ ਵੱਡੀ ਸਕਾਲਰਸ਼ਿਪਸ ਆਫਰ ਕਰ ਰਹੇ ਨੇ। ਯੈਸ ਸੰਜੀਵ ਸ਼ਰਮਾ, ਐਸ ਪਰ ਗਵਰਨਮੈਂਟ ਲਾਅ ਜਿਹੜੇ ਮਈ ਇਨਟੇਕ ਚ ਬੱਚੇ ਪੜਨਗੇ ਉਹਨਾਂ ਬੱਚਿਆਂ ਨੂੰ ਕੀ ਕਹਿੰਦੇ ਆ ਵਰਕ ਪਰਮਿਟ ਮਿਲੇਗਾ। ਬਿਲਕੁਲ ਠੀਕ ਹੈ ਜੀ। ਸੋ USA ਨੂੰ ਲੈ ਕੇ ਵੀ ਸਟੂਡੈਂਟਸ ਸਕਰੀਨ ਤੇ ਨੰਬਰ ਹੈ 9041096100, ਇਸ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ, ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਔਰ ਕਾਲ ਕਰ ਸਕਦੇ ਹੋ 9041390412, ਐਡਰੈਕਟ ਨੰਬਰ ਨੇ ਜਿਹਦੇ ਤੇ ਤੁਸੀਂ ਜਸਮੀਤ ਜੀ ਨਾਲ ਕਾਲ ਕਰ ਸਕਦੇ ਹੋ। ਜਸਮੀਤ ਜੀ, ਜੇ ਹੁਣ ਮੈਂ ਜਰਮਨੀ ਦੀ ਗੱਲ ਕਰਾਂ ਤੇ ਜਰਮਨੀ ਸਟੱਡੀ ਵੀਜ਼ਾ ਵੀ ਇਸ ਵਕਤ ਕਾਫੀ ਸਟੂਡੈਂਟਸ ਨੇ ਜਿਹੜੇ ਉਹ ਪਸੰਦ ਕਰ ਰਹੇ ਨੇ। ਜਰਮਨੀ ਦੇ ਵਿੱਚ ਕਿਹੜੇ ਕਿਹੜੇ ਇਨਟੇਕਸ ਨੇ, ਕਿਹੜੇ ਕਿਹੜੇ ਕੋਰਸਿਸ ਨੇ ਇਸ ਵਕਤ, ਜਰਮਨੀ ਦੀ ਕੰਪਲੀਟ ਸਥਿਤੀ ਕੀ ਹੈ? ਮੈਨੂੰ ਅਟੈਸਟੇਸ਼ਨ ਲੈਟਰ ਇੱਕ ਸਵਾਲ ਲੈ ਲਈਏ ਸਰ ਗੁਰਕੀਰਤ ਦਾ। ਹਾਂਜੀ ਹਾਂਜੀ, ਅਟੈਸਟੇਸ਼ਨ ਲੈਟਰ ਲਈ 28 ਫਰਵਰੀ ਨੂੰ ਆਇਆ ਸੀ ਨੇਟ ਕਾਲਜ ਵੱਲੋਂ, ਪਰ ਹਜੇ ਤੱਕ ਪਹਿਲ ਨਹੀਂ ਹਜੇ ਤੱਕ ਆਇਆ। ਸਪਟੈਂਬਰ ਇਨਟੇਕ ਹੈ, ਫੀਸ ਵਿਧਾਨਾ। ਸੋ ਬੇਟਾ ਹਾਲੇ ਸਪਟੈਂਬਰ ਇਨਟੇਕ ਹੈ, ਘਬਰਾਓ ਨਾ, ਜਲਦ ਤੋਂ ਜਲਦ ਤੁਹਾਨੂੰ ਮਿਲ ਜਾਏਗਾ, ਕਿਉਂਕਿ ਨੇਟ ਕਾਫੀ ਵੱਡਾ ਕਾਲਜ ਹੈ ਤਾਂ ਥੋੜਾ ਜਿਹਾ ਸਮਾਂ ਲੈ ਸਕਦਾ। ਅਲਬਰਟਾ ਕੇ ਲੈਟਰ ਆਣੇ ਸ਼ੁਰੂ ਹੋ ਚੁੱਕੇ ਨੇ ਅਲਬਰਟਾ ਦੇ। ਮੈਂ ਆਪਣਾ ਵੀਡੀਓ ਵੀ ਬਣਾਇਆ ਸੀ, ਉਹਦੇ 'ਚ ਮੈਂ ਅਲਬਰਟਾ ਦੇ ਨੌਰਥਵੈਸਟ ਕਾਲਜ ਕਨਕੋਡੀਆ ਯੂਨੀਵਰਸਿਟੀ ਦਾ ਅਟੈਸਟੇਸ਼ਨ ਲੈਟਰ ਦਿਖਾਇਆ ਸੀ ਬੱਚਿਆਂ ਨੂੰ। ਸੋ ਆਣੇ ਸ਼ੁਰੂ ਹੋ ਚੁੱਕੇ ਹੈ ਅਲਬਰਟਾ ਦੇ ਅਟੈਸਟੇਸ਼ਨ ਲੈਟਰਸ। ਬਿਲਕੁਲ ਜੀ, ਸੋ ਅਲਬਰਟਾ ਦੇ ਵੀ ਟ੍ਰਾਂਸਲੇਸ਼ਨ ਲੈਟਰ ਆਣੇ ਸ਼ੁਰੂ ਹੋ ਗਏ ਨੇ ਜਿਵੇਂ ਜਸਮੀਤ ਜੀ ਨੇ ਦੱਸਿਆ। ਜਸਮੀਤ ਜੀ, ਜਰਮਨੀ ਵਾਲਾ ਮੇਰਾ ਸਵਾਲ ਪੈਂਡਿੰਗ ਹੈ, ਜਰਮਨੀ 'ਚ ਪੋਸੀਬਿਲਿਟੀਜ਼ ਔਰ ਇਨਟੇਕਸ ਕਿਹੜੇ ਨੇ ਹੁਣ? ਸੋ ਜਰਮਨੀ 'ਚ ਵੀ ਸੀ ਰਾਈਟ ਨਾਓ, ਜੇ ਦੇਖੀਏ ਤਾਂ ਮੈਂ ਸਪਟੈਂਬਰ ਇਨਟੇਕ ਹੀ ਸਟੂਡੈਂਟਸ ਨੂੰ ਗਾਈਡ ਕਰਾਂਗਾ। ਵੈਸੇ ਜੁਲਾਈ ਇਨਟੇਕ ਵੀ ਅਵੇਲੇਬਲ ਹੈਗਾ,
ਸੋ ਜਰਮਨੀ ਕਾਫੀ ਅੱਜ ਦੀ ਡੇਟ 'ਚ ਹੌਟ ਡੈਸਟੀਨੇਸ਼ਨ ਹੈਗੀ ਹੈ ਬਿਕੋਜ਼ ਆਫ ਅਫੋਰਡੇਬਲ ਫੀਸ। 8 to 10,000 ਯੂਰੋ ਦੇ ਵਿੱਚ ਫੀਸ ਹੈਗੀ ਹੈ ਜਿਹੜੀ ਜਰਮਨੀ ਦੀ ਹੈਗੀ ਹੈ, 90 ਰੁਪਏ ਦਾ ਯੂਰੋ ਹੈ। ਸੋ ਤੁਸੀਂ ਲਾ ਸਕਦੇ ਹੋ ਕਿ 7 to 9 lakh ਰੁਪਏ 'ਚ ਜਰਮਨੀ ਦੀ ਫੀਸ ਹੈ। ਔਰ ਬਲੋਕਡ ਅਕਾਊਂਟ 'ਚ ਤੁਹਾਨੂੰ 11,000 ਯੂਰੋ ਜਮ੍ਹਾਂ ਕਰਾਉਣਾ ਪੈਂਦਾ, ਦੈਟ ਇਜ਼ ਅਗੇਨ 10 lakh ਰੁਪੀਜ਼ ਦੇ ਕਰੀਬ ਹੈ। ਔਰ ਬਲੋਕ ਅਕਾਊਂਟ ਤੋਂ ਬਾਅਦ ਤੁਸੀਂ ਕੀ ਕਹਿੰਦੇ ਆ ਤੁਹਾਨੂੰ ਆਪਣੀ ਇੱਕ APS ਸਰਟੀਫਿਕੇਟ ਅਪਲਾਈ ਕਰਨਾ ਪੈਂਦਾ। APS ਸਰਟੀਫਿਕੇਟ ਇਜ਼ ਤੁਹਾਡੀ ਅਵੈਲੂਏਸ਼ਨ ਆਫ ਯੋਰ ਸਰਟੀਫਿਕੇਟਸ ਬਿਕੋਜ਼ ਤੁਹਾਡੇ ਡਾਕੂਮੈਂਟਸ ਸਹੀ ਹੈਗੇ ਆ ਕਿ ਨਹੀਂ ਹੈਗੇ ਆ। ਐਂਡ ਫਿਰ ਵੀਜ਼ਾ ਜਿਹੜਾ ਅੱਜ ਵੀ ਸਰ ਸਾਡਾ ਵੀਜ਼ਾ ਲੱਗ ਕੇ ਆਇਆ ਜਰਮਨੀ ਦਾ, ਐਂਡ ਸਟੂਡੈਂਟਸ ਨੂੰ ਅੱਜ 7 ਸਾਲ ਦਾ ਐਕਸਪੀਰੀਅੰਸ ਹੈ ਔਰ BBA ਹੋਸਪਿਟੈਲਿਟੀ ਕੀਤੀ ਔਰ ਮਾਸਟਰਸ ਇਨ ਇੰਟਰਨੈਸ਼ਨਲ ਮੈਨੇਜਮੈਂਟ ਕਰਨ ਜਾ ਰਿਹਾ ਬੱਚਾ ਜਰਮਨੀ 'ਚ। ਸੋ ਸਾਡੇ ਵੀਜ਼ਾਜ਼ ਰੈਗੂਲਰ ਬੇਸਿਸ 'ਤੇ ਜਰਮਨੀ ਦੇ ਲੱਗ ਕੇ ਆ ਰਹੇ ਨੇ। ਸੋ ਸਟੂਡੈਂਟ ਕੀ ਕਹਿੰਦੇ ਆ ਬਿਲਕੁਲ ਠੀਕ ਹੈ। ਸੋ ਜਰਮਨੀ ਦੇ ਸਟੂਡੈਂਟ ਵੀਜ਼ਾ ਵੀ ਲੱਗ ਕੇ ਆ ਰਹੇ ਨੇ ਜਿਵੇਂ ਜਸਮੀਤ ਜੀ ਨੇ ਦੱਸਿਆ। ਸੋ ਅੱਜ ਵੀ ਉਹਨਾਂ ਦਾ ਇੱਕ ਸਟੂਡੈਂਟ ਵੀਜ਼ਾ ਜਿਹੜਾ ਜਰਮਨੀ ਦਾ ਲੱਗ ਕੇ ਆਇਆ। ਸੋ ਸਕਰੀਨ 'ਤੇ ਨੰਬਰ ਹੈ 9041009610, ਸਾਰੇ ਸਟੂਡੈਂਟਸ ਵਟਸਐਪ ਜਸਮੀਤ ਜੀ ਨੂੰ ਇਸ ਨੰਬਰ 'ਤੇ ਕਰ ਸਕਦੇ ਨੇ ਔਰ ਕਾਲ ਕਰ ਸਕਦੇ ਨੇ 9041390412। ਸੋ ਥੈਂਕ ਯੂ ਸੋ ਮਚ ਜਸਮੀਤ ਜੀ, ਤੁਸੀਂ ਖਾਸ ਤੌਰ 'ਤੇ ਟਾਈਮ ਕੱਢਿਆ ਔਰ ਇੱਕ ਵਾਰੀ ਕੱਲ੍ਹ ਫਿਰ ਮੁਲਾਕਾਤ ਹੁੰਦੀ ਹੈ ਜੀ ਲਾਈਵ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ।